ਹੈਲੋ ਗਾਇਸ, ਕਿੱਦਾਂ ਸਾਰੇ ਤੁਸੀਂ ਠੀਕ ਹੋਵੋਗੇ? ਮੇਰੇ ਅਤੇ ਸਾਰੇ ਆਪਣੇ ਭਰਾਵਾਂ ਵੱਲੋਂ ਸਾਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਆਦਾ। ਹਾਂ, ਤਾਂ ਆਪਾਂ ਉਨਾ ਹਿਮਾਚਲ ਪਹੁੰਚ ਚੁੱਕੇ ਹਾਂ ਜਿਹੜਾ ਕਿ ਤੁਹਾਨੂੰ ਦੱਸਿਆ ਸੀ ਸਟੋਰੀ ਪਾ ਕੇ ਵੀ ਆਪਾਂ ਉਨਾ ਹਿਮਾਚਲ ਚੱਲੇ ਹਾਂ ਨਵੇਂ ਸਾਲ 'ਤੇ। ਅਤੇ ਆਹ ਇੱਕ ਬੰਦਾ ਆਪਣੇ ਨਾਲ, ਖੁਸ਼ਹਾਲ ਵਲੋਗ ਦਾ ਚੈਨਲ, ਖੁਸ਼ਹਾਲ ਵਲੋਗ ਦੇ ਚੈਨਲ ਦਾ ਨਾਮ ਵਲੋਗਸ ਯੂਟਿਊਬ 'ਤੇ ਚੱਲੀ ਜਾਓ, ਸਬਸਕ੍ਰਾਈਬ ਕਰੋ, ਵਾਇਰਲ ਕਰ ਦਿਓ ਬਾਈ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦਿੱਤਾ ਗਿਆ, ਅਤੇ ਜਾਓ ਅਤੇ ਚੈਨਲ ਸਬਸਕ੍ਰਾਈਬ ਕਰੋ ਅਤੇ ਬਾਈ ਨੂੰ ਵੀ ਸਪੋਰਟ ਕਰੋ ਜਿੰਨੀ ਹੋ ਸਕੇ। ਆਪਣੇ ਬਾਈ ਕਰਮ ਦਾ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਸਾਰੇ। ਅਤੇ ਆਪਾਂ ਟੋਟਲ 8 ਬੰਦੇ ਵੀਰੇ, ਆਹ ਦੇਖ ਸਕਦੇ ਹੋ, ਅਤੇ 3 ਬੰਦੇ ਮੂਹਰੇ ਜਾ ਰਹੇ ਆ ਅਤੇ 4-5 ਬੰਦੇ ਪਿੱਛੇ ਹੈਗੇ ਆ। ਆਪਾਂ ਉਨਾ ਹਿਮਾਚਲ ਤੋਂ ਹੁਣ ਪੈਦਲ ਯਾਤਰਾ ਜਾਣਾ ਵੀ, ਇੱਥੋਂ ਉਨਾ ਹਿਮਾਚਲ ਤੋਂ ਹੈਗੀ ਆ 8 ਕਿਲੋਮੀਟਰ ਦੀ ਯਾਤਰਾ ਹੈਗੀ ਆ, ਉਹ ਆਪਾਂ ਪੈਦਲ ਹੀ ਜਾਣਾ। ਅਤੇ ਉਹ ਲਮਸਮ ਸਾਰਾ ਆਪਣਾ ਪਹਾੜੀ ਏਰੀਏ ਦੇ ਵਿੱਚ ਹੀ ਕਵਰ ਕਰਨੀ ਆਪਾਂ। ਅਤੇ ਪਹਿਲਾਂ ਸਕੀਮ ਸੀਗੀ ਵੀ ਆਪਾਂ ਆਟੋ ਜਾਂ ਬੱਸ ਲੈ ਲਈਏ, ਬਟ ਜਿਹੜੇ ਨਾਲ ਦੇ ਬੰਦੇ ਆ ਉਹ ਕਹਿ ਰਹੇ ਆਪਾਂ ਨੂੰ ਵੀ ਨਹੀਂ, ਅਸੀਂ ਪੈਦਲ ਜਾਣਾ, ਕਿਉਂਕਿ ਇਸ ਬੰਦਿਆਂ ਦਾ ਫਸਟ ਟਾਈਮ ਆ ਇੱਧਰਲਾ, ਅਤੇ ਇਸ ਕਰਕੇ ਆਪਾਂ ਪੈਦਲ ਜਾਣਾ। ਤਾਂ ਬਾਕੀ ਤੁਹਾਨੂੰ ਰਸਤੇ ਦਾ ਵਿਊ ਹੋਣੇ ਆ, ਅਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੁਸੀਂ। ਆਪਾਂ ਬ੍ਰਿਜ ਪਾਰ ਕਰਦੇ ਹੋਏ, ਵੈਸੇ ਕੋਈ ਥੱਲੇ ਪਾਣੀ ਵਾਲਾ ਆ ਰਿਹਾ ਨਹੀਂ, ਪਰ ਜੇ ਆਪਾਂ ਉੱਧਰ ਦੀ ਉਹਦੇ ਤਾਂ ਆਪਾਂ ਨੂੰ ਜ਼ਿਆਦਾ ਘੁੰਮ ਕੇ ਆਉਣਾ ਪੈਣਾ ਸੀ। ਇਸ ਕਰਕੇ ਆਪਾਂ ਪੇਪਰ ਚੂਜ਼ ਕੀਤਾ। ਹੈਲੋ, ਆਪਾਂ ਸਟੇਸ਼ਨ ਤੋਂ ਕਨਫਰਮ ਕੀਤਾ ਵੀ ਕੋਈ ਇਸ ਗੱਡੀ ਦਾ ਟਾਈਮ ਇਸ ਵੇਲੇ ਹੈ ਜਾਂ ਹੈ ਨਹੀਂ, ਤਾਂ ਸਟੇਸ਼ਨ ਤੋਂ ਕਨਫਰਮ ਕਰਨ ਤੋਂ ਬਾਅਦ ਹੀ ਅਸੀਂ ਇਸ ਟ੍ਰੇਕ 'ਤੇ ਆਏ ਹਾਂ। ਅਤੇ ਹਾਂਜੀ ਵੀਰ, ਆਪਾਂ ਉਨਾ ਹਿਮਾਚਲ ਤੋਂ ਪੀਰਨਗਾ ਦਰਬਾਰ ਪਹੁੰਚ ਚੱਲੇ ਹਾਂ, ਰਸਤੇ ਵਿੱਚ ਆ ਗਏ ਹਾਂ। ਅਤੇ ਪਿੱਛੇ ਦਾ ਤੁਸੀਂ ਵਿਊ ਦੇਖ ਸਕਦੇ ਹੋ, ਅਤੇ 4-5 ਬੰਦੇ ਸਾਡੇ ਹਜੇ ਪਿੱਛੇ ਆ ਰਹੇ ਆ, ਅਤੇ 2-4 ਬੰਦੇ ਸਾਡੇ ਅੱਗੇ ਜਾ ਰਹੇ ਆ। ਫਕੀਰ ਦਾ